ரோஸ்வம்பு கறி பண்ணும். ਚੱਕਰ ਬਾਈ ਚੱਕਰ ਵੀ ਹੁਣ ਕੀ ਦੱਸਾਂ ਯਾਰ ਮੈਂ, ਸਾਲੀ ਸਿਸਟਮ ਹੀ ਇੱਦਾਂ ਦਾ ਚੱਲੀ ਜਾਂਦਾ ਬਾਈ। ਪਤਾ ਕੀ ਗੱਲ ਹੈ ਵੀਰੇ, ਮੇਰੀ ਨਾ ਵੀ ਥੋੜ੍ਹੀ ਜਿਹੀ ਜਿਵੇਂ ਵੀ ਸੁਭਾਅ ਲਾ ਲਓ ਹੈ ਨਾ ਕੁਛ ਵੀ, ਬੰਦਾ ਜਦੋਂ ਨਥਿੰਗ ਤੋਂ ਸਮਥਿੰਗ ਜਾਂਦਾ ਬਾਈ ਥੋੜ੍ਹਾ ਥੋੜ੍ਹਾ ਹੈ ਨਾ, ਬੜੀਆਂ ਚੀਜ਼ਾਂ ਹੁੰਦੀਆਂ, ਬੜੀਆਂ ਚੀਜ਼ਾਂ ਬੰਦਾ ਸਿੱਖਦਾ ਹੈ ਨਾ, ਬੜੀਆਂ ਚੀਜ਼ਾਂ ਦੇਖਦਾ ਹੈ ਨਾ। ਅਤੇ ਬਸ ਮੇਰਾ ਇਹ ਹਿਸਾਬ ਕਿਤਾਬ ਹੈ ਵੀ ਆਪਾਂ ਕਿਸੇ ਦੇ ਵੀ ਕਦੇ ਕਿਸੇ ਨੂੰ ਐਂ ਮੁੜ ਕੇ ਬੋਲਿਆ ਨਹੀਂ ਹੈਗਾ ਪੁੱਠਾ ਜਿਹਾ ਵੀ ਜਾਂ ਤੂੰ ਐਂ ਕਰਤਾ ਜਾਂ ਤੂੰ ਉਵੇਂ ਕਰਤਾ। ਹਾਂ, ਆਲਵੇਜ਼ ਆਪਣੇ ਡਿਫੈਂਸ 'ਚ ਜ਼ਰੂਰ ਹੁੰਦੇ ਹਾਂ, ਪਰ ਆਪਾਂ ਕਦੇ ਕਿਸੇ ਦਾ ਨੁਕਸਾਨ ਨਹੀਂ ਕੀਤਾ। ਅਤੇ ਮੇਰਾ ਇੱਕ ਜ਼ਿੰਦਗੀ ਦੇ ਵਿੱਚ, ਹੁਣ ਮੈਨੂੰ ਤੁਸੀਂ ਸਾਰੇ ਕਹੀ ਨਾ ਵੀ ਤੂੰ ਬੋਲਦਾ ਕਿਉਂ ਨਹੀਂ ਬੋਲ ਰਿਹਾ, ਮੈਂ ਇਹ ਚੀਜ਼ ਸਮਝਦਾ ਵੀ ਹਰੇਕ ਚੀਜ਼ ਦਾ ਜਵਾਬ ਗੱਲਾਂ ਨਾਲ ਦੇਣਾ ਜ਼ਰੂਰੀ ਨਹੀਂ ਹੁੰਦਾ, ਕਈ ਚੀਜ਼ਾਂ ਦਾ ਜਵਾਬ ਵਕਤ ਆਪ ਹੀ ਦੇ ਦਿੰਦਾ ਹੈ ਨਾ। ਜਿਹੜਾ ਬੰਦਾ ਮਾੜਾ ਹੁੰਦਾ ਉਹ ਥੱਲੇ ਰਹਿ ਜਾਂਦਾ, ਜਿਹੜਾ ਚੰਗਾ ਹੁੰਦਾ ਉਹ ਤਾਂ ਜਾ ਵੜਦਾ, ਠੀਕ ਹੈ ਨਾ। ਹੁਣ ਮੇਰੇ ਨਾਲ ਤਾਂ ਤੀਜੇ ਦਿਨ ਮੇਰੇ ਤਾਂ ਕੋਈ ਨਾ ਕੋਈ ਚੱਕ ਕੇ ਇਲਜ਼ਾਮ ਲਾ ਦਿੰਦਾ ਹੈ ਨਾ ਬਾਈ, ਵੀ ਇਹਨੇ ਆਹ ਕਰਤਾ, ਇਹਨੇ ਉਹ ਕਰਤਾ ਜੀ, ਠੀਕ ਹੈ ਨਾ। ਹੁਣ ਬਾਈ ਮੈਂ ਜੇ ਸਾਰੀਆਂ ਗੱਲਾਂ ਦਾ ਜਵਾਬ ਦੇ ਜਾਊਂਗਾ ਵੀ ਜਾਂ ਵੀ ਬਾਈ ਹਾਂ ਮੇਰਾ ਫਲਾਨਾ, ਤੇ ਕਹੋ ਵੀ ਮੈਂ ਉਹਦੇ ਨਾਲ ਐਂ ਨਹੀਂ ਕੀਤਾ, ਉਹਦੇ ਨਾਲ ਮੈਂ ਨਹੀਂ ਕੀਤਾ, ਬਾਈ ਮੈਂ ਤਾਂ ਫਿਰ ਇੰਨੇ ਜੋਗੇ ਰਹਿ ਜੂੰਗਾ ਹੈ ਨਾ, ਮੈਂ ਉਹਦੇ ਕੰਮ 'ਤੇ ਧਿਆਨ ਦੇਣਾ, ਬਹੁਤ ਕੰਮ ਹੋਰ ਨੇ ਜਿਹੜੇ ਮੈਂ ਕਰਨੇ ਚਾਹੁੰਦਾ, ਠੀਕ ਹੈ ਨਾ, ਇਹਨਾਂ ਕੰਮਾਂ ਤੋਂ ਇਲਾਵਾ। ਅਤੇ ਇੰਨਾ ਟਾਈਮ ਨਹੀਂ ਜਾਂ ਇੰਨੇ ਵਿਹਲੇ ਨਹੀਂ ਵੀ ਹਰੇਕ ਗੱਲ ਦਾ ਚੱਕ ਕੇ ਮੂੰਹ ਚੱਕ ਕੇ ਜਵਾਬ ਦੇ ਜੋ ਵੀ ਤੂੰ ਮੈਨੂੰ ਐਵੇਂ ਕਿਉਂ ਕਹਿਣਾ, ਨਾ ਆਪਣਾ ਉਹੋ ਜਿਹਾ ਸੁਭਾਅ ਹੈ। ਉਹ ਕਹਿੰਦੇ ਹੁੰਦੇ ਨਾ ਵੀ ਟਾਈਮ ਹਰੇਕ ਚੀਜ਼ ਦਾ ਜਵਾਬ ਦੇ ਦਿੰਦਾ, ਬਸ ਥੋੜ੍ਹਾ ਜਿਹਾ ਆਪਣਾ ਤਾਂ ਇਹ ਸੁਭਾਅ ਵੀ ਥੋੜ੍ਹਾ ਜਿਹਾ ਸਬਰ ਕਰੋ, ਕਰ ਜੋ ਕੋਈ ਕਰਦਾ ਉਹਨੂੰ ਕਰਨ ਦਿਓ, ਠੀਕ ਹੈ ਨਾ। ਉਹ ਕਹਿੰਦੇ ਨੇ ਇੱਕ ਬੜੀ ਵਧੀਆ ਚੀਜ਼ ਮੇਰੇ ਦਿਮਾਗ 'ਚ ਹੁਣੀ ਕੋਈ ਗੱਲ ਆਈ ਹੈ, ਕਹਿੰਦਾ ਕਹਿੰਦਾ ਬੜਾ ਸ਼ੌਂਕ ਹੁੰਦਾ ਕਈ ਬੰਦਿਆਂ ਨੂੰ ਕਹਿੰਦਾ ਖਬਰਾਂ 'ਚ ਰਹਿਣ ਦਾ, ਪਰ ਕਈ ਵਾਰੀ ਵਕਤ ਇਹੋ ਜਿਹਾ ਆ ਜਾਂਦਾ ਜੋ ਰੱਦੀ ਦੇ ਭਾਅ ਵਿਕਦੇ ਨੇ, ਠੀਕ ਹੈ ਨਾ ਬਾਈ। ਬਸ ਆਹੀ ਰੌਲਾ ਬਾਈ ਵੀ ਆਪਾਂ ਨੂੰ ਇਹੋ ਜਿਹਾ ਸਿਸਟਮ ਕਰਨ ਦੀ ਲੋੜ ਨਹੀਂ ਕਿਸੇ ਨੇ। ਦੇਖ ਜੇ ਮੁੱਕਦੀ ਗੱਲ ਇਹ ਹੈ ਯਾਰ, ਮਾੜੇ ਬੰਦੇ, ਠੀਕ ਹੈ, ਮਾੜਾ ਕੋਈ ਜੇ ਕੋਈ ਸਕੀਮਾਂ ਪਾਉਂਦਾ ਜਾਂ ਸਕੀਮਾਂ ਖੇਡਦਾ, ਉਹਨਾਂ ਦਾ ਥੋੜ੍ਹੇ ਟਾਈਮ ਦਾ ਕੰਮ ਹੀ ਹੁੰਦਾ। ਸਕੀਮ ਨਾਲ ਇੱਕ ਵਾਰੀ ਸਕੀਮ ਤਾਂ ਪੈ ਜਾਂਦੀ ਹੈ, ਮੁੜ ਕੇ ਸਾਰੀ ਜ਼ਿੰਦਗੀ ਫਿਰ ਹਿਸਾਬ ਕਿਤਾਬ ਨਹੀਂ ਆਉਂਦਾ, ਠੀਕ ਹੈ ਨਾ। ਸਕੀਮ ਵਾਲਾ ਬੰਦਾ ਸਿਰਫ ਇੱਕ ਵਾਰੀ ਰੇਜ਼ ਹੋ ਸਕਦਾ ਬਾਈ, ਦੋ ਵਾਰੀ ਨਹੀਂ ਹੋ ਸਕਦਾ, ਜ਼ਿਆਦਾਤਰ ਇੱਥੇ ਮਿਹਨਤ ਤਾਂ ਸੱਚ ਹੀ ਰਹਿੰਦਾ, ਠੀਕ ਹੈ ਨਾ। ਸੋ ਆਪਾਂ ਨੂੰ ਇਹੀ ਹੁੰਦਾ ਵੀ ਕੋਈ ਨਹੀਂ, ਜੋ ਜੇ ਕੋਈ ਜੋ ਕੋਈ ਬੋਲਦਾ ਬੋਲਣ ਦਿਓ, ਟਾਈਮ ਆਪ ਹੀ ਦਿਖਾ ਦੂਗਾ ਵੀ ਕੌਣ ਕਿੰਨਾ ਸਹੀ ਹੈ ਕੌਣ ਕਿੰਨਾ ਗਲਤ ਹੈ। ਅਤੇ ਮੈਂ ਇਹ ਨਹੀਂ ਸਮਝਦਾ, ਮੈਂ ਇਹ ਜ਼ਰੂਰੀ ਨਹੀਂ ਸਮਝਦਾ ਬਾਈ ਵੀ ਹਰੇਕ ਗੱਲ ਦਾ ਜਵਾਬ ਬੋਲ ਕੇ ਦਿੱਤਾ ਜਾਵੇ, ਖਾਸ ਕਰਕੇ ਉਹਨਾਂ ਨੂੰ ਵੀ ਜਿਨ੍ਹਾਂ ਦਾ ਕੰਮ ਹੀ ਹੈ ਵੀ ਤੁਹਾਨੂੰ ਕੁਐਸਚਨ ਕਰਨਾ ਵੀ ਹਾਂ ਤੂੰ ਐਂ ਕਰਦਾ ਤੂੰ ਐਂ ਕਰਤਾ, ਕੋਈ ਰੌਲੇ ਵਾਲੀ ਗੱਲ ਨਹੀਂ ਹੈਗੀ। ਜੋ ਕਿਸੇ ਨੂੰ ਕੋਈ ਕੁਛ ਕਹਿੰਦਾ, ਠੀਕ ਹੈ, ਮੇਰੇ ਨਾਲ ਜਿੰਨੇ ਬੰਦੇ ਵਰਤਦੇ ਆ ਜਾਂ ਨਹੀਂ ਵਰਤਦੇ ਸਾਰਿਆਂ ਨੂੰ ਪਤਾ ਵੀ ਕਿੱਦਾਂ ਦਾ, ਠੀਕ ਹੈ। ਚੱਲ ਜੇ ਮੈਂ ਹੈਗਾ ਵੀ ਹਾਂ ਤਾਂ ਠੀਕ ਆ ਯਾਰ, ਜੇ ਹੈਗਾ ਤਾਂ ਹੈਗਾ, ਗੱਲ ਮੁੱਕੀ, ਠੀਕ ਹੈ ਨਾ। ਵਕਤ ਆਪ ਹੀ ਸਾਰਾ ਕੁਛ ਦੱਸ ਦੂਗਾ ਵੀ ਕੌਣ ਕਿੰਨਾ ਚੰਗਾ ਕੌਣ ਕਿੰਨਾ ਮਾੜਾ। ਇਹ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਐਕਸਪੀਰੀਅੰਸ ਰੱਖਿਓ, ਜੇ ਕੋਈ ਦੋ ਬੰਦੇ ਟੁੱਟਦੇ ਆ ਜਾਂ ਕੋਈ ਕਿਸੇ ਦੀ ਲੜਾਈ ਹੁੰਦੀ ਆ ਆਪਦੇ ਵਿੱਚ, ਸਿਰਫ ਉਹੀ ਬੰਦਾ ਉੱਪਰ ਨੂੰ ਜਾਂਦਾ ਜਿਹੜਾ ਚੰਗਾ ਹੁੰਦਾ, ਜਿਹੜੇ ਹੋਈ ਘਟੀਆ ਉਹਨਾਂ ਨੇ ਉੱਥੇ ਰਹਿ ਜਾਣਾ ਹੁੰਦਾ, ਠੀਕ ਹੈ ਨਾ। ਅਤੇ ਇੰਨਾ ਟਾਈਮ ਨਹੀਂ ਹੈਗਾ ਬਾਈ ਵੀ ਭੈਣ ਜਵਾ ਸਾਧਨਾ ਅਸੀਂ ਕਰੀ ਜਾਈਏ ਅਸੀਂ ਵੀ ਆ ਹਾਂ ਜੀ ਉਹਨੇ ਸਾਨੂੰ ਉਹ ਕਹਿਤਾ ਉਹਨੂੰ ਉਹ ਕਹਿਤਾ, ਵੀਰੇ ਕੋਈ ਰੌਲੇ ਵਾਲੀ ਗੱਲ ਨਹੀਂ। ਗਾਣੇ ਗੁਣੇ ਗੁਣੇ ਤਾਂ ਇਹ ਚੱਲਦੇ ਰਹਿੰਦੇ ਨੇ, ਹੈ ਨਾ। ਨਾ ਇੱਕ ਅੱਧੇ ਗਾਣੇ ਨਾਲ ਮੈਨੂੰ ਕੋਈ ਉਹ ਪੈਣ ਲੱਗਿਆ, ਪਰ ਘਟੀਆ ਲੱਗਦਾ ਵੀ ਸਾਲਾ ਕੋਈ ਇੱਦਾਂ ਉੱਦਾਂ ਕਰਦਾ, ਹੈ ਨਾ। ਕੌਣ ਲੀਕ ਕਰਦਾ ਕਿਹਨੇ ਨਹੀਂ ਕੀਤੇ ਵਾਹਿਗੁਰੂ ਸੱਚੇ ਪਾਤਸ਼ਾਹ ਜਾਣਦਾ, ਠੀਕ ਹੈ ਨਾ। ਅਤੇ ਉਹਨਾਂ ਚੀਜ਼ਾਂ ਦਾ ਜਵਾਬ ਵਕਤ ਦੇਊਗਾ, ਆਪਾਂ ਨੂੰ ਬੋਲਣ ਦੀ ਲੋੜ ਨਹੀਂ ਹੈਗੀ। ਤਾਂ ਹੀ ਮੈਂ ਬੋਲਦਾ ਨਹੀਂ ਹੈਗਾ, ਕਿਉਂਕਿ ਸਾਲੀ 90% ਨੈਗੇਟਿਵਿਟੀ ਜਿੰਨੀ ਮਰਜ਼ੀ ਇਹਨਾਂ ਨੂੰ ਸਿਰ 'ਤੇ ਚੜ੍ਹਾਈ ਚੱਲੋ, ਇਹ ਉਨਾ ਹੀ ਥੋੜ੍ਹਾ ਦਿਮਾਗ ਖਰਾਬ ਕਰਦੀ ਹੈ, ਠੀਕ ਹੈ ਨਾ ਬਾਈ। ਲਵ ਯੂ ਸਰ, ਗ੍ਰੇਟ ਯੂਅਰ ਗ੍ਰੇਟ ਫਲਾਨਾ ਦਿਮਕਾ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਬਾਈ। ਹੋਰ ਬਾਈ ਠੀਕ ਠਾਕ ਹੋ ਸਾਰੇ, ਕੀ ਚੱਲ ਰਿਹਾ, ਜੋ ਕਰੂਗਾ ਸੋ ਭਰੂਗਾ। ਉਹ ਕਹਿੰਦੇ ਨੇ ਹੁੰਦੇ, ਕਹਿੰਦੇ ਦੇਖੀ ਚੱਲ, ਬਾਬਾ ਨਾਨਕ ਜੀ ਨੇ ਕਿਹਾ ਸੀ, ਦੇਖੀ ਚੱਲ ਮਰਦਾਨੇ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ। ਮੈਨੂੰ ਹੁਣ ਤੱਕ ਬਾਈ 90% ਦੁਨੀਆ ਨੇ ਕਿਹਾ ਹੈਗਾ, ਜਿੰਨਾਂ ਨੇ ਵੀ ਇਹ ਜੀ ਇਹਨੇ ਤਾਂ ਘਟੀਆ ਕੀਤੇ, ਧੋਖੇਬਾਜ਼ ਹੈ ਜੀ, ਫਲਾਨਾਬਾਜ਼ ਹੈ ਜੀ, ਇਹ ਹੈ ਵੋ ਆ, ਕਿੱਥੇ ਨੇ ਅੱਜ ਉਹ, ਅਤੇ ਆਪਣਾ ਕਿੱਥੇ ਹੈ। ਵਾਲ ਵੀ ਬਿੰਗਾ ਨਹੀਂ ਕਰ ਸਕਿਆ ਕੋਈ, ਕਿਉਂਕਿ ਵਾਹਿਗੁਰੂ ਸਿਰ 'ਤੇ ਹੱਥ ਆ ਬਾਈ, ਸਾਰਾ ਕੁਝ ਪਤਾ ਵੀ ਕਿੰਨੇ ਕੁ ਜੋਗੇ ਹੈਗੇ ਆ, ਕਿੱਥੇ ਕਿਸੇ ਨਾਲ ਮਾੜਾ ਕੀਤਾ। ਸ਼ਾਇਦ ਜੇ ਮੈਂ ਕਿਸੇ ਨਾਲ ਮਾੜਾ ਕੀਤਾ ਹੂੰ ਤਾਂ ਉਹ ਭੁਗਤੂੰਗਾ, ਆਲਵੇਜ਼ ਭੁਗਤੂੰ, ਇਹ ਕਰਮ ਹੈਗਾ, ਹੈ ਨਾ। ਅਤੇ ਆਏ ਕਹਿਣ ਨਾਲ ਜੀ ਫਲਾਨਾ ਧਿਮਕਾ, ਕਮਾਲ ਕਰ ਜਾਂਦੇ ਬਾਈ, ਹੈ ਨਾ। ਕਿਤੇ ਨਾ ਕਿਤੇ ਤਾਂ ਫਰਕ ਰਹਿ ਜਾਂਦਾ। ਹਾਂ, ਇੱਕ ਚੀਜ਼ ਜ਼ਰੂਰ ਹੈ ਬਾਈ, ਨਿਆਣੇ ਸੀਗੇ ਜਦੋਂ ਕੰਮ ਸ਼ੁਰੂ ਕੀਤਾ, ਹੈ ਨਾ। ਮੈਨੂੰ ਲੱਗਦਾ ਮੈਂ 24 ਸਾਲਾਂ ਜਾਂ 23 ਸਾਲਾਂ ਦੇ ਨੇ ਕੰਮ ਸ਼ੁਰੂ ਕੀਤਾ ਸੀ ਮਿਊਜ਼ਿਕ ਮਾਜ਼ਿਕ ਜਿਹੜਾ, ਅਤੇ 2-3 ਸਾਲਾਂ ਦੇ ਵਿੱਚ ਮਿਊਜ਼ਿਕ ਇੰਡਸਟਰੀ ਦੇ ਵਿੱਚ। ਅਤੇ ਆਹ ਜਿਹੜੀ ਮੈਂ ਐਕਸਪੀਰੀਅੰਸ ਕੀਤੀ ਜ਼ਿੰਦਗੀ 'ਚੋਂ, ਸਿੱਖਿਆ ਬਹੁਤ ਕੁਛ ਹੈ ਵੀ ਹਰੇਕ ਨੂੰ ਭਰਾ ਨਹੀਂ ਕਹੀਦਾ,
ਤੇ ਹਰੇਕ ਨੂੰ ਯਾਰ ਦੋਸਤ ਨੇ ਜੇ ਬਸ ਦੋ ਮਿੰਟ ਜਿਹਨਾਂ ਨਾਲ ਹੱਸ ਖੇਡ ਲਏ ਉਹਨੂੰ ਭਾਈ ਕਹਿਤਾ ਹੈ ਨਾ। ਬਹੁਤ ਕੁਛ ਚੀਜ਼ਾਂ ਸਿੱਖਣ ਨੂੰ ਮਿਲੀਆਂ ਅਤੇ ਬੜੀਆਂ ਚੀਜ਼ਾਂ ਸਿੱਖ ਲਈਆਂ ਵੀ ਕਦੇ ਕਿਸੇ ਘਟੀਆ ਬੰਦੇ ਨੂੰ ਕਦੇ ਆਪਣਾ ਯਾਰ ਦੋਸਤ ਨਹੀਂ ਬਣਾਇਆ। ਵਧੀਆ ਕੀਤਾ ਵਕਤ ਨੇ, ਸਾਰਿਆਂ ਦੇ ਰੰਗ ਦਿਖਾਤੇ ਅਤੇ ਸਾਰਿਆਂ ਦੇ ਕਾਟੇ ਮਾਰ ਕੇ ਠੰਡੇ। ਵਾਸਤੇ ਚਪਾਤੇ ਵੀਰੇ ਮੇਰਾ ਇਹ ਸੁਭਾਅ।